ਅਸਲਾਮ ਵਾਲੇਕਮ ਜੀ, ਤੁਸੀਂ ਦੇਖੋ ਜਾਨੀ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਮਜ਼ਾਨ। ਸਭ ਤੋਂ ਪਹਿਲੇ ਆਪਣੇ ਚੈਨਲ ਕੋ ਸਬਸਕ੍ਰਾਈਬ ਤੇ ਨਾਲ ਲੈ ਕੇ ਬੈਲ ਆਈਕਾਨ ਤੇ ਬਟਨ ਕਰੋ ਪ੍ਰੈਸ ਕਰਦਾ ਆਨ ਵੀਡੀਓ ਬਾਸਾਨੀ ਵੀਰਾਂ ਤੱਕ ਪਹੁੰਚ ਸਕੇ ਤੇ ਮੇਰੇ ਵੀਰ ਵੇਖ। ਸਭ ਤੋਂ ਪਹਿਲੇ ਜਿੱਦਾਂ ਕਿ ਤੁਹਾਡਾ ਵੀਰ ਤੁਹਾਡੇ ਵਾਸਤੇ ਹਰ ਰੋਜ਼ ਇੱਕ ਨਈ ਵੀਡੀਓ ਲੈ ਕੇ ਹਾਜ਼ਰ ਹੁੰਦਾ, ਹਰ ਰੋਜ਼ ਦੀ ਨਿਸਬਤ ਅੱਜ ਫਿਰ ਤੁਹਾਡਾ ਭਰਾ ਪਹਿਲਨ ਛੋਟੀ ਦੀ ਵੀਡੀਓ ਲੈ ਕੇ ਆਇਆ। ਪਹਿਲਾ ਸੁਬਹਾ ਜੀ, ਹਰ ਚੀਜ਼ ਮੇਰੇ ਕੈਮਰੇ ਦੀ ਨਜ਼ਰ ਹੈ ਜੀ। ਅਗਰ ਤੁਹਾਨੂੰ ਪਸੰਦ ਆਉਂਦੀ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਭਾਈ। ਆਪਣੀ ਸੋਚ ਦਾ ਜ਼ਰੂਰ ਇਜ਼ਹਾਰ ਕਰਿਆ ਤੇ ਮੈਂ ਆਪਣੇ ਕੈਮਰਾ ਮੈਂ ਨਕਾਂਗਾ ਤੁਹਾਨੂੰ ਘਰਾਂ ਵਿੱਚ ਸਰੀਆਂ। ਮਾਸ਼ਾਅੱਲਾ ਜੀ, ਮੀਨੀ ਮਾਜੀ ਜੀ, ਮਾਸ਼ਾਅੱਲਾ ਮੇਰੇ ਕੈਮਰੇ ਦੀ ਨਜ਼ਰ ਹੈ ਜੀ। ਪਹਿਲਾ ਸੁਬਹਾ ਜੀ ਛੋਟੀ ਦਾ ਜੀ, ਮਾਸ਼ਾਅੱਲਾ ਤੁਸੀਂ ਦੇਖ ਸਕਦੇ ਜੀ ਟੋਟਲ ਕਾਲੀ ਸ਼ਾਹ ਕੱਟੀ ਹੈ ਜੀ ਮਾਸ਼ਾਅੱਲਾ। ਮਗਰ ਜੀ ਹਰ ਚੀਜ਼ ਕੱਟਿਆ ਜੀ ਮਾਸ਼ਾਅੱਲਾ, ਮੇਰੇ ਹੀ ਕੈਮਰੇ ਦੀ ਨਜ਼ਰ ਹੈ ਇੱਕ ਇੱਕ ਚੀਜ਼ ਦੀ। ਤੁਸੀਂ ਕਰੋ ਆਪਣੀ ਤਸੱਲੀ ਜੀ, ਲੈਣੇ ਦੇਣੇ ਨਸੀਬ ਹੁੰਦੇ ਨੇ ਜੀ। ਤੁਹਾਡਾ ਵੀਰ ਤੁਹਾਡੇ ਵਾਸਤੇ ਸੋਹਣਾ ਅਤੇ ਅੱਛਾ ਜਾਨਵਰ ਲੱਭ ਕੇ ਲਿਆਉਂਦਾ, ਕੋਸ਼ਿਸ਼ ਕਰਦਾ ਹੈ ਕਿ ਸੋਹਣਾ ਅਤੇ ਅੱਛਾ ਜਾਨਵਰ ਲਿਆਵਾਂ ਵੀਰਾਂ ਨੂੰ, ਜਿਹੜਾ ਮੇਰੇ ਵੀਰਾਂ ਨੂੰ ਪਸੰਦ ਆਵੇ। ਪਹਿਲਾ ਸੁਬਹਾ ਜੀ ਹਵਾਨਾ ਤੁਸੀਂ ਵੇਖ ਰਹੇ ਜੀ, ਥੱਬੇ ਦਾ ਹਵਾਨਾ ਜੀ ਮਾਸ਼ਾਅੱਲਾ। ਮੋਢ ਪਰ ਥਾਂ ਨੇ ਮਾਸ਼ਾਅੱਲਾ, ਮੇਰੇ ਕੈਮਰੇ ਦੀ ਨਜ਼ਰ ਹੈ ਜੀ। ਤੁਸੀਂ ਕਰੋ ਆਪਣੀ ਤਸੱਲੀ ਜੀ, ਮੀਨੀ ਛੋਟੀ ਮਾਸ਼ਾਅੱਲਾ ਸਿੰਘ ਹਿਲਦੇ ਨੇ ਜੀ ਦੋਵੇਂ ਜੀ ਮਾਸ਼ਾਅੱਲਾ, ਦੋਵੇਂ ਕਲਿੱਪਿੰਦ ਹਿਲਦੇ ਨੇ। ਹਰ ਚੀਜ਼ ਮੇਰੇ ਕੈਮਰੇ ਦੀ ਨਜ਼ਰ ਹੈ ਜੀ, ਕਾਲੀਆਂ ਅੱਖਾਂ, ਹਰ ਚੀਜ਼ ਮੇਰੇ ਕੈਮਰੇ ਦੀ ਨਜ਼ਰ, ਪਿਓਰ ਬਰੀਕੀਆਂ ਦੇ ਵਿੱਚ ਜੀ ਮਾਸ਼ਾਅੱਲਾ। ਚਮੜੀ ਬਰੀਕ, ਪਿਓਰ ਨੀਲੀ ਦੀ ਮਾਸ਼ਾਅੱਲਾ ਜਾਨਵਰ ਹੈ ਜੀ, ਮੇਰੇ ਕੈਮਰੇ ਦੀ ਨਜ਼ਰ ਹੈ ਜੀ। ਆਹ ਦੇਖੋ ਜੀ ਪਿਓਰ ਨੀਲੀ ਦੀ ਛੋਟੀ ਜੀ ਮਾਸ਼ਾਅੱਲਾ, ਹਰ ਚੀਜ਼ ਮੇਰੇ ਕੈਮਰੇ ਦੀ ਨਜ਼ਰ ਹੈ। ਅਗਰ ਮੇਰੇ ਵੀਰਾਂ ਨੂੰ ਮੇਰੀ ਵੀਡੀਓ ਪਸੰਦ ਆਉਂਦੀ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਭਾਈ। ਆਪਣੀ ਸੋਚ ਦਾ ਜ਼ਰੂਰ ਇਜ਼ਹਾਰ ਕਰਿਆ ਜੋ ਅਤੇ ਮੇਰਾ ਕੈਮਰਾ ਮੈਂ ਤੁਹਾਨੂੰ ਕਰਾ ਰਿਹਾ। ਤਸੱਲੀਆਂ ਤੁਸੀਂ ਕਰੋ ਆਪਣੀਆਂ ਤਸੱਲੀਆਂ ਜੀ। ਹਵਾਨਾ ਦੇਖੋ ਜੀ ਪਾਈ ਜਾਣ, ਮਾਸ਼ਾਅੱਲਾ ਬੜਾ ਸੋਹਣਾ ਹਵਾਨਾ, ਥੱਬਾ ਹਵਾਨੇ ਦਾ ਜੀ, ਮੁੱਠ ਪਰ ਥਾਣ ਹੈ, ਸੋਹਣਾ ਥਣ ਲੱਗਿਆ ਹੈ ਜੀ ਮਾਸ਼ਾਅੱਲਾ ਜੀ ਮੱਝ ਨੂੰ। ਹਰ ਚੀਜ਼ ਮੇਰੇ ਕੈਮਰੇ ਦੀ ਨਜ਼ਰ ਹੈ। ਬਾਕੀ ਸਾਰੀ ਗੱਲ ਪੁੱਛਾਂਗੇ ਮਾਲਕ ਕੋਲੋਂ ਕੀ ਰੇਟ ਕਰਦੇ ਨੇ, ਕੀ ਆਪਣਾ ਇਹਦਾ ਬਰੀਕ ਪੂਛ ਮਾਸ਼ਾਅੱਲਾ ਜੀ। ਮਾਸ਼ਾਅੱਲਾ ਤੁਸੀਂ ਦੇਖ ਸਕਦੇ ਜੋ ਮਰੋੜ ਕੇ ਤੁਸੀਂ ਜੇਬ 'ਚ ਪਾ ਸਕਦੇ ਜੋ ਮਾਸ਼ਾਅੱਲਾ। ਪੂਛ ਦੇਖੋ ਕਿੰਨੀ ਬਰੀਕ ਹੈ, ਪਿਓਰ ਨੀਲੀ ਦੀ ਨਿਸ਼ਾਨੀ ਹੁੰਦੀ ਹੈ ਜੀ ਮਾਸ਼ਾਅੱਲਾ ਜੀ। ਹਰ ਚੀਜ਼ ਮੇਰੇ ਕੈਮਰੇ ਦੀ ਨਜ਼ਰ ਹੈ ਜੀ। ਤੁਸੀਂ ਕਰੋ ਆਪਣੀ ਤਸੱਲੀ, ਦੁੰਨੀ ਘੋੜੀ ਤੋਂ ਪਾਕ ਅਤੇ ਮੂੰਹ ਪਾਈ ਜਾਣ ਕਿਵੇਂ ਜੀ ਆਪਣਾ ਚੌਕ ਆ, ਚੌਕ ਛਿੱਗੀ ਦੇ ਦੰਦ ਕੱਢਦੀ ਪਈ, ਛਿੱਗੀ ਦੇ ਦੰਦ ਕੱਢਦੀ ਪਈ ਹੈ। ਹਰ ਚੀਜ਼ ਮੇਰੇ ਕੈਮਰੇ ਦੀ ਨਜ਼ਰ ਹੈ। ਤੁਸੀਂ ਕਰੋ ਆਪਣੀ ਤਸੱਲੀ, ਕੈਮਰਾ ਮੈਨ ਸਭ ਕੱਟਾ ਦਿਖਾਓ, ਭਾਈਆਂ ਨੂੰ ਕਰਾਓ ਤਸੱਲੀਆਂ। ਇਹ ਮਗਰ ਕੱਟਾ ਜੀ ਕਿੰਨੀ ਦੇਰ ਦੀ ਸੂਈ ਹੈ, ਇਹ ਪੁੱਛਾਂਗੇ ਸਾਰੀ ਗੱਲ ਮਾਲਕ ਕੋਲੋਂ ਕਿੰਨੀ ਦੇਰ ਹੋ ਗਈ ਸੂਈ ਨੂੰ। ਹਰ ਸ਼ਾਇਦ ਹੀ ਕਰਾਂਗੇ ਤਸੱਲੀ ਲਵਾਂਗੇ, ਡਿਟੇਲ ਭਾਈ ਮਾ ਭਾਈ ਗੰਤ ਕੋਲੋਂ। ਹਰ ਚੀਜ਼ ਤੁਹਾਡੇ ਕੈਮਰੇ ਦੀ ਨਜ਼ਰ ਹੈ ਜੀ, ਤੁਸੀਂ ਆਪਣੀ ਤਸੱਲੀ ਕਰ ਸਕਦੇ ਜੀ ਮਾਸ਼ਾਅੱਲਾ। ਹਾਲੇ ਜੇਰ ਨਹੀਂ ਪਾਈ ਮਾਸ਼ਾਅੱਲਾ ਜੀ, ਹਾਲੇ ਮੇਰੇ ਕੈਮਰੇ ਦੀ ਨਜ਼ਰ ਹੈ ਜੀ। ਬਾਹਰ ਗਈ ਚਲੀ ਜੀ ਛੋਟੀ ਮਾਸ਼ਾਅੱਲਾ ਜੀ, ਤੁਸੀਂ ਆਇਆਂ ਦਾ ਕੱਟਾ ਦੇਖ ਸਕਦੇ ਜੀ। ਜੇਰ ਨੀ ਪਾਈ ਹਾਲੇ ਤੇ ਪਈ ਸ਼ਬਾਜ਼, ਇਹ ਕਿੰਨਾ ਕੁ ਦੁੱਧ ਦੇਵੇਗੀ ਤੁਹਾਡੇ ਭਾਜੀ? ਇਨਸ਼ਾਅੱਲਾ ਅੱਲਾ ਨੇ ਚਾਹੇ 14-15 ਕਿਲੋ ਆਰਾਮ ਨਾਲ ਦੁੱਧ ਦੇਗੀ, ਪਹਿਲਣ ਹੋ ਗਈ, ਪਹਿਲਣ ਹੋ ਗਈ। ਤੇ ਪਈ ਸ਼ਬਾਜ਼ ਇਹ ਆਪਣੇ ਰਾਣੀਆਂ ਦਾ, ਇਹਦੀ ਕੀ ਡਿਟੇਲ ਹੈ, ਇਹਦਾ ਜਿਹੜਾ ਆਪਾਂ ਲੈ ਲੈਣਾ ਆਪਣੇ ਮਾਲ ਦਾ ਰੇਟ ਕਰਨਾ, ਜ਼ਿਆਦਾ ਰੇਟ ਨਹੀਂ ਕਰਨਾ ਕਿ ਵੀਰਾਂ ਨੂੰ ਪਸੰਦ ਨਾ ਆਵੇ, ਰੇਟ ਨਾ ਪਸੰਦ ਆਵੇ, ਚੀਜ਼ ਪਸੰਦ ਆਵੇ ਰੇਟ ਨਾ ਪਸੰਦ ਆਵੇ, ਆਪਾਂ ਆਪਦੀ ਚੀਜ਼ ਦਾ ਰੇਟ ਕਰਨਾ ਅਤੇ ਆਪਣੀ ਚੀਜ਼ ਦਾ ਹੀ ਰੇਟ ਮਿਲਣਾ। ਅਤੇ ਮੇਰੇ ਵੀਰ ਨੇ ਉਹੀ ਰੇਟ ਕਰਨਾ ਜਿਵੇਂ ਮਨਾ, ਪਹਿਲੇ ਤੁਸੀਂ ਸਾਡੇ ਨਾਲ ਮੁਹੱਬਤ ਕਰਦੇ, ਪਿਆਰ ਕਰਦੇ, ਅੱਛਾ ਰੇਟ ਕਰਦੇ, ਉਸ ਹਿਸਾਬ ਨਾਲ ਮੇਰੇ ਨਾਲ ਰੇਟ ਕਰਨਾ। ਠੀਕ ਹੋ ਗਿਆ ਇਹਦਾ ਕੀ ਆਪਣਾ ਲੈ ਲੈਣਾ ਭਾਜੀ? ਜਿਹੜੇ ਇਹਦੇ ਆਰ ਹੈਗੇ ਉਹਨਾਂ ਨਾਲ ਕਰਾਂ ਤਾਂ 3.5 ਲੱਖ ਦਾ ਮੈਂ ਰੇਟ ਕਰਾਂ। ਠੀਕ, ਲੇਕਿਨ ਆਪਾਂ ਉਹ ਨਹੀਂ ਕਰਦੇ, ਲੇਕਿਨ ਅੱਜ ਜਿਹੜੀ ਮੌਜੂਦਾ ਸੂਰਤ ਹਾਲ ਨੂੰ ਨਜ਼ਰ ਰੱਖ ਕੇ ਇਹਦਾ ਸਰ 2,70,000 ਜਿਹੜਾ ਆਪਾਂ ਲੈਣਾ ਨਾ ਉਹ ਮੁੱਲ ਕਰਦੇ। ਇਹਦੇ 'ਚ ਕੋਈ ਪਿਆਰ ਰੇਟ ਤਾਂ ਬਹੁਤ ਜ਼ਿਆਦਾ ਤੁਸੀਂ ਕੀਤੀਆਂ ਨੇ, ਕੋਈ ਸਾਡੇ ਨਾਲ ਪਿਆਰ ਮੁਹੱਬਤ ਕਰੋ, ਰੇਟ ਤਾਂ ਬਹੁਤ ਜ਼ਿਆਦਾ ਕਰ ਰਹੇ ਜਨਾਬ। ਅਸੀਂ ਤੁਹਾਡੇ ਨਾਲ ਪਿਆਰ ਮੁਹੱਬਤ ਜ਼ਰੂਰ ਕਰਾਂਗੇ, ਲੇਕਿਨ ਇੱਕ ਚੀਜ਼ ਹੀ ਅੱਛੀ ਹੈ, ਸੋਨਾ ਵਾ, ਸੋਨੇ ਦੇ ਭਾਅ ਵਿਕਣਾ। ਠੀਕ ਹੈ ਜੀ, ਲੋਹੇ ਨੂੰ ਜਿੰਨਾ ਮਰਜ਼ੀ ਲੈ ਜਾਓ, ਜੇ ਮੇਰੀ ਮਹੀਂ ਵਰਗੀ ਮਹੀਂ ਤਾਂ ਵਿਖਾਓ।
ਸਹੀ ਹੋ ਗਿਆ ਜੀ, ਉਹ ਤਾਂ ਨਜ਼ਰ ਆਈ ਜਾਂਦੀ ਜੀ, ਕੈਮਰੇ ਦੀ ਨਜ਼ਰ ਹੈ, ਹਰ ਚੀਜ਼ ਮੇਰੇ ਭਾਈਆਂ ਦੀ ਨਜ਼ਰ ਹੈ, ਅਗਰ ਕਿਸੇ ਨੂੰ ਪਸੰਦ ਆਉਂਦੀ ਹੈ ਬਾਕੀ ਪਿਆਰ ਮੁਹੱਬਤ ਇਨਸ਼ਾਅੱਲਾ ਪਿਆਰ ਮੁਹੱਬਤ ਤੁਹਾਨੂੰ ਕਰਨੀ ਪੈਗੀ, ਕੋਈ ਮੌਕੇ ਤੇ ਕੋਈ ਸਾਡਾ ਵੀਰ ਆਉਂਦਾ ਤੁਹਾਨੂੰ ਪਿਆਰ ਮੁਹੱਬਤ ਕਰਨੀ ਕਰਾਂਗੇ ਜੀ, ਪੱਕੀ ਕਸਮ ਕੋਈ ਨਹੀਂ ਖਾਧੀ ਕਿ ਇਹ ਹੀ ਲੈਣੇ ਨੇ। 2,70,000 ਰੁਪਏ ਭਾਈ ਰੇਟ ਕਰਦੇ ਨੇ, ਕਹਿੰਦੇ ਨੇ ਕੋਈ ਅਗਰ ਮੌਕੇ ਤੇ ਆਏਗਾ ਵੀਰ ਸਾਡਾ ਤਾਂ ਉਹਦੇ ਨਾਲ ਪਿਆਰ ਮੁਹੱਬਤ ਵੀ ਅਸੀਂ ਕਰਾਂਗੇ। ਤੇ ਅਗਰ ਮੇਰੇ ਭਰਾਵਾਂ ਨੇ ਮੇਰੀ ਵੀਡੀਓ ਪਸੰਦ ਆਈ ਹੈ, ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਭਾਈ, ਆਪਣੀ ਸੋਚ ਦਾ ਜ਼ਰੂਰ ਇਜ਼ਹਾਰ ਕਰਿਓ। ਸਾਡਾ ਰਾਬਤਾ ਨੰਬਰ 0308-49-70-147 ਇਹ ਸਾਡਾ ਰਾਬਤਾ ਨੰਬਰ ਵੀ ਹੈ, ਅਤੇ ਸਾਡਾ ਉਹਨਾਂ ਨੇ ਵਟਸਐਪ ਨੰਬਰ ਵੀ ਹੈ, ਸਾਡੇ ਨਾਲ ਤੁਸੀਂ ਗੱਲ ਕਰਦੇ। ਦੁਬਾਰਾ ਕੈਮਰਾਮੈਨ ਸਾਹਿਬ ਥੋੜ੍ਹੀ ਦਿਖਾ ਦਿਓ ਭਾਈਆਂ ਨੂੰ, ਅਤੇ ਭਾਈਆਂ ਨੂੰ ਤੁਸੀਂ ਦੇਖ ਸਕਦੇ ਜੋ ਹਾਲੇ ਨਾ ਜੇਰ ਨਹੀਂ ਪਾਈ, ਤਾਜ਼ਾ ਸੂਈ ਹੈ ਭਾਈ, ਕਹਿੰਦੇ ਘੰਟਾ ਹੋਇਆ ਹਾਲੇ ਸੂਈ ਨੂੰ, ਅਤੇ ਇਹ ਮੇਰੇ ਕੈਮਰੇ ਦੀ ਨਜ਼ਰ ਹੈ, ਤੁਸੀਂ ਆਪਣੀ ਕਰੋ ਤਸੱਲੀ। ਅਤੇ ਬਾਕੀ ਸਾਰੀਆਂ ਗੱਲਾਂ ਆਪਾਂ ਮਾਲਕ ਨਾਲ ਕਰ ਲਈਆਂ ਨੇ, ਪੁੱਛ ਲਈਆਂ ਨੇ, ਤੁਸੀਂ ਫਿਰ ਇੱਕ ਦਫਾ ਨਜ਼ਰ ਮਾਰ ਲਓ ਜੀ। ਪਸ਼ਮ ਮਾਸ਼ਾਅੱਲਾ ਉੱਤੇ ਬੜੀ ਹੈ, ਪਿਓਰ ਨੀਲੀ ਦੀ ਹੈਗੀ ਜੀ, ਫੁੱਲ ਬਰੀਕੀਆਂ ਦੇ ਵਿੱਚ ਝੋਟੀ ਮਾਸ਼ਾਅੱਲਾ, ਤੁਹਾਨੂੰ ਪਤਾ ਜਦੋਂ ਤਾਜ਼ਾ ਸੂੰਦੀ ਹੈ ਪਹਿਲੀ ਝੋਟੀ ਹੋਵੇ ਤਾਂ ਉਹਨਾਂ ਦੀ ਥੋੜ੍ਹੀ ਕੰਡੀਸ਼ਨ ਇਸ ਤਰ੍ਹਾਂ ਹੁੰਦੀ ਹੈ ਮਾਸ਼ਾਅੱਲਾ। ਇਹ ਆਪਣੀ ਜਦੋਂ ਕੀਏ 'ਚ ਬਾਹਰ ਜਾਏਗੀ, ਜਦੋਂ ਆਪਣਾ ਇਹ ਇਨਸ਼ਾਅੱਲਾ ਦੁੱਧ 'ਤੇ ਆਏਗੀ, ਉਦੋਂ ਦੀ ਕੰਡੀਸ਼ਨ ਕੁਛ ਹੋਰ ਹੋ ਜਾਏਗੀ। ਹਰ ਚੀਜ਼ ਮੇਰੇ ਕੈਮਰੇ ਦੀ ਨਜ਼ਰ ਹੈ ਜੀ, ਤੁਸੀਂ ਕਰੋ ਆਪਣੀ ਸਾਰਾ ਕੁਛ ਮਾਸ਼ਾਅੱਲਾ। ਨਹੀਂ ਨਹੀਂ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਜੋ ਜੀ, ਮੀਣੇ ਸਿੰਘ ਨੇ ਜੀ ਮੈਂ ਕਲਿੱਪ ਦੋਵੇਂ ਹਿੱਲਦੇ ਨੇ ਮਾਸ਼ਾ ਥੋੜ੍ਹੇ ਤੋਂ, ਔਰ ਇਹਨੇ ਇਸ ਤੋਂ ਵਧਾਉਣੇ ਨਹੀਂ ਹੈਗੇ, ਇੱਥੇ ਹੀ ਨੇ ਰੋਕ ਲੈਣੇ ਨੇ ਜੀ। ਮਾਸ਼ਾਅੱਲਾ ਹਰ ਚੀਜ਼ ਮੇਰੇ ਕੈਮਰੇ ਦੀ ਨਜ਼ਰ ਹੈ। ਅਗਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਲਾਈਕ ਅਤੇ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਿਆ ਭਾਈ, ਆਪਣੀ ਸੋਚ ਦਾ ਜ਼ਰੂਰ ਇਜ਼ਹਾਰ ਕਰਿਓ, ਅਤੇ ਹਰ ਚੀਜ਼ ਮੇਰੇ ਕੈਮਰੇ ਦੀ ਨਜ਼ਰ ਹੈ, ਤੁਸੀਂ ਕਰੋ ਆਪਣੀ ਤਸੱਲੀ, ਅਤੇ ਇਸ ਵੀਡੀਓ ਨਾਲ ਦੇ ਪ੍ਰਾਣ ਦਿਓ ਜਸ, ਅਗਲੀ ਵੀਡੀਓ ਨਾਲ ਤੁਹਾਨੂੰ ਮਿਲਾਂਗੇ, ਅੱਲਾ ਹਾਫਿਜ਼।